ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਦੀ ਇੱਕ ਕਾਪੀ ਸੋਨੀਆ ਗਾਂਧੀ ਨੂੰ ਵੀ ਭੇਜੀ ਗਈ ਸੀ। ਇਸ ਚਿੱਠੀ ਦੇ ਵਿੱਚ ਪ੍ਰਗਟ ਸਿੰਘ ਨੇ ਸਰਕਾਰ ਵੱਲੋਂ 3 ਸਾਲਾਂ ਦੇ ਵਿੱਚ ਕੀਤੇ ਗਏ ਕੰਮਾਂ ਉੱਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਲਿਖਿਆ ਸੀ ਕਿ ਜਿਨ੍ਹਾਂ ਵਾਅਦਿਆਂ ਨਾਲ ਕਾਂਗਰਸ ਨੇ ਸਰਕਾਰ ਬਣਾਈ ਸੀ, ਉਹਨਾਂ ਵਾਅਦਿਆਂ ਉੱਤੇ ਅੱਜ ਦੀ ਸਰਕਾਰ ਖਰੀ ਨਹੀਂ ਉਤਰ ਰਹੀ, ਜਿਸ ਕਰਕੇ ਪੰਜਾਬ ਦੇ ਲੋਕ ਸਾਡੇ ਤੋਂ ਖੁਸ਼ ਨਹੀਂ ਹਨ। ਪ੍ਰਗਟ ਸਿੰਘ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਸਰਕਾਰ ਨਾ ਨਸ਼ਾ ਮਾਫੀਆ ਤੇ ਨਾ ਹੀ ਰੇਤ ਮਾਫੀਆ ਖਤਮ ਕਰ ਸਕੀ ਹੈ। ਅਕਾਲੀ ਸਰਕਾਰ ਸਮੇਂ ਰੱਖੀਆਂ ਚੋਰ ਮੋਰੀਆਂ ਹਜੇ ਤੱਕ ਬੰਦ ਨਹੀਂ ਹੋਈਆਂ। ਸ਼ਰਾਬ ਅਤੇ ਰੇਤੇ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣ ਬਾਰੇ ਕਿਹਾ ਗਿਆ ਸੀ, ਪਰ ਉਹ ਵੀ ਹਜੇ ਤੱਕ ਨਹੀਂ ਬਣੀ। ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ, ਪਰ ਰੇਤੇ ਅਤੇ ਸ਼ਰਾਬ ਦੇ ਵਪਾਰੀਆਂ ਦਾ ਖਜ਼ਾਨਾ ਭਰ ਰਿਹਾ ਹੈ। ਕਾਂਗਰਸ ਦੀ ਸਰਕਾਰ ਇਹ ਕਹਿ ਕੇ ਬਣੀ ਸੀ ਕਿ ਬੇਅਦਬੀ ਦੇ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇਗੀ, ਪਰ ਹਜੇ ਤੱਕ ਇਸ ਮਾਮਲੇ ਵਿੱਚ ਕੁਝ ਨਹੀਂ ਹੋ ਸਕਿਆ। ਚਿੱਠੀ ਦੇ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟ ਸਿੰਘ ਨੂੰ ਬੁਲਾਇਆ ਸੀ ਅਤੇ ਹੁਣ ਜਦੋਂ ਪ੍ਰਗਟ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਆਏ ਨੇ ਤਾਂ ਉਹਨਾਂ ਨੇ ਦੱਸਿਆ ਹੈ ਕਿ ਕੈਪਟਨ ਨਾਲ ਹੋਈ ਗੱਲਬਾਤ ਦੌਰਾਨ ਉਹਨਾਂ ਨੇ ਕੈਪਟਨ ਨੂੰ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਫੈਸਲੇ ਲੈਂਦੇ ਹੋਏ ਦੇਖਣਾ ਚਾਹੁੰਦੇ ਨੇ, ਪਰ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਉਹ ਸਖ਼ਤ ਫੈਸਲੇ ਨਹੀਂ ਲੈ ਰਹੇ। ਸਾਨੂੰ ਇਸ ਧਾਰਨਾ ਨੂੰ ਹੁਣ ਬਦਲਣ ਦੀ ਜ਼ਰੂਰਤ ਹੈ। ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਬੈਠ ਕੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਂਗਰਸ ਪੰਜਾਬ ਦੇ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰੇਗੀ ਤਾਂ ਫਿਰ ਹਿਟਲਰ ਵਾਲੀ ਸੋਚ ਪੰਜਾਬ ਦੇ ਵਿੱਚ ਆਉਣ ਦੇ ਲਈ ਤਿਆਰ ਬੈਠੀ ਹੈ, ਇਸ ਲਈ ਸਾਨੂੰ ਹੁਣ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਗਟ ਸਿੰਘ ਨੇ ਇਹ ਗੱਲ ਵੀ ਕਹੀ ਕਿ ਹਿਟਲਰ ਦੀ ਸੋਚ ਪੰਜਾਬ ਦੇ ਵਿੱਚ ਤਾਂ ਨਹੀਂ ਆਉਣ ਦੇਵਾਂਗੇ ਕਿਉਂਕਿ ਅਸੀਂ ਪੰਜਾਬੀ ਹਾਂ। ਜਦੋਂ ਪੂਰੇ ਦੇਸ਼ ਦੇ ਵਿੱਚ ਮੋਦੀ ਲਹਿਰ ਸੀ ਤਾਂ ਲੋਕਾਂ ਨੇ 8 ਸੀਟਾਂ ਕਾਂਗਰਸ ਨੂੰ ਉਸ ਸੋਚ ਦੇ ਵਿਰੋਧ ਦੇ ਵਿੱਚ ਹੀ ਦਿੱਤੀਆਂ ਸੀ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ ਤਾਂ ਲੋਕ ਸਾਨੂੰ ਕਹਿੰਦੇ ਹਨ ਕਿ ਤੁਸੀਂ ਅਕਾਲੀ ਦਲ ਦੇ ਨਾਲ ਰਲ ਗਏ ਹੋ, ਸਾਨੂੰ ਹੁਣ ਇਹ ਧਾਰਨਾ ਤੋੜਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸ਼ਰਾਬ ਖੁਦ ਆਪਣੇ ਹੱਥਾਂ ਦੇ ਵਿੱਚ ਲੈ ਕੇ ਸਰਕਾਰੀ ਤੌਰ ਉੱਤੇ ਵੇਚਣੀ ਚਾਹੀਦੀ ਹੈ ਤਾਂ ਜੋ ਚੋਰ ਮੋਰੀਆਂ ਨੂੰ ਬੰਦ ਕੀਤਾ ਜਾ ਸਕੇ। ਉਹਨਾਂ ਨੇ ਦੱਸਿਆ ਕਿ ਜਿਹੜੀ ਸ਼ਰਾਬ ਦੀ ਬੋਤਲ 100 ਰੁਪਏ ਹੈ ਉਹਦੇ ਉੱਤੇ 100 ਰੁਪਏ ਐਕਸਾਈਜ਼ ਲੱਗਦੀ ਹੈ ਤੇ 100 ਰੁਪਿਆ ਹੈਂਡਲਿੰਗ ਫੀਸ ਚਾਰਜ ਹੈ। ਮਾਰਕੀਟ ਦੇ ਵਿੱਚ ਉਹ ਬੋਤਲ 800 ਰੁਪਏ ਨੂੰ ਵਿਕਦੀ ਹੈ, ਇਹਦੇ ਵਿੱਚ ਜੋ 500 ਰੁਪਏ ਦਾ ਗੈਪ ਹੈ ਅਸੀਂ ਜੇ ਕਾਰਪੋਰੇਸ਼ਨ ਬਣਾ ਕੇ ਉਹਨੂੰ ਕਵਰ ਕਰ ਲਈਏ ਤਾਂ ਸਾਡੀ ਆਮਦਨ ਵੱਧ ਸਕਦੀ ਹੈ, ਜਿਸ ਨਾਲ ਸਾਡੇ ਪੰਜਾਬ ਦੇ ਵਿੱਚ 40 ਤੋਂ 50 ਹਜ਼ਾਰ ਨਵੀਆਂ ਨੌਕਰੀਆਂ ਜਨਰੇਟ ਹੋ ਸਕਦੀਆਂ ਨੇ। ਇਹੋ ਜਿਹੀ ਸਕੀਮ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਦੱਸ ਚੁੱਕੇ ਨੇ। ਸਿੱਧੂ ਨੇ ਪੰਜਾਬ ਅਤੇ ਤਮਿਲਨਾਡੂ ਵਿੱਚ ਸ਼ਰਾਬ ਦੇ ਵਪਾਰ ਦੀ ਤੁਲਨਾ ਕਰਦਿਆਂ ਕਿਹਾ ਸੀ ਕਿ ਪੰਜਾਬ ਵਿੱਚ 12,500 ਸ਼ਰਾਬ ਦੀਆਂ ਦੁਕਾਨਾਂ ਹਨ, ਜਿਨ੍ਹਾਂ ਤੋਂ 5,610 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ, ਜਦਕਿ ਤਮਿਲਨਾਡੂ ਦੇ ਵਿੱਚ ਇਸ ਤੋਂ ਵੀ ਅੱਧੀਆਂ 6,323 ਸ਼ਰਾਬ ਦੀਆਂ ਦੁਕਾਨਾਂ ਤੋਂ 26,188 ਕਰੋੜ ਦੀ ਸਾਲਾਨਾ ਆਮਦਨ ਹੁੰਦੀ ਹੈ। ਪੰਜਾਬ ਦੇ ਵਿੱਚ ਸ਼ਰਾਬ ਸਭ ਤੋਂ ਵੱਧ ਪੀਣ ਵਾਲੇ ਵਿਅਕਤੀ ਨੇ, ਪਰ ਫਿਰ ਵੀ ਇਸ ਤੋਂ ਹੋਣ ਵਾਲੀ ਆਮਦਨ ਤਮਿਲਨਾਡੂ ਤੋਂ ਕਿਤੇ ਘੱਟ ਹੈ। ਪ੍ਰਗਟ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਬਹੁਤੇ ਮਾਮਲਿਆਂ ਦੇ ਵਿੱਚ ਉਹਨਾਂ ਨਾਲ ਸਹਿਮਤ ਹੋਏ ਕਿ ਕੰਮ ਨਹੀਂ ਹੋਏ ਅਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਕੰਮ ਹੋਵੇਗਾ, ਪਰ ਅਗਰ ਨਹੀਂ ਕਰਨਗੇ ਤਾਂ ਲੋਕੀ ਚੋਣਾਂ ਦੇ ਵਿੱਚ ਇਹਨਾਂ ਗੱਲਾਂ ਦੇ ਫਿਰ ਜਵਾਬ ਲੈਣਗੇ।